ਹੁਸ਼ਿਆਰਪੁਰ ਦੇ ਮਹਿਲਪੁਰ ਦੇ ਨਜ਼ਦੀਕੀ ਪਿੰਡ ਕਾਲੇਵਾਲ ਦੇ ਸਰਕਾਰੀ ਸਕੂਲ 'ਚ ਬੀਤੇ ਦਿਨੀ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਬੀਤੀ ਰਾਤ ਅਣਪਛਾਤਿਆਂ ਵੱਲੋਂ ਜੈਤਪੁਰ ਬਾਹੋਵਾਲ ਸਮੇਤ ਹੋਰ ਪਿੰਡਾਂ 'ਚ ਖਾਲਿਸਤਾਨੀ ਪੱਖੀ ਨਾਰੇ ਫੁੱਲਾਂ ਖੇਡ ਮੈਦਾਨਾਂ ਅਤੇ ਲਿੰਕ ਸੜਕਾਂ 'ਤੇ ਲਿਖ ਦਿੱਤੇ ਗਏ। ਅਣਪਛਾਤਿਆਂ ਵੱਲੋਂ ਖਾਲਿਸਤਾਨੀ ਨਾਰੇ ਲਿਖਣ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਵੀ ਬਣ ਗਿਆ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਸਵੇਰੇ ਆ ਕੇ ਵੇਖਿਆ ਤਾਂ ਪਤਾ ਲੱਗਾ ਕਿ ਖਾਲਿਸਤਾਨ ਵੋਟ ਬਣਾਉਣ ਵੱਖ ਵੱਖ ਸਥਾਨਾਂ 'ਤੇ ਲਿਖਿਆ ਹੋਇਆ ਸੀ। ਤੁਹਾਨੂੰ ਦੱਸ ਦੇ ਕਿ ਅਣਪਛਾਤਿਆਂ ਵੱਲੋਂ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਮੋਗਾ ਅਤੇ ਪਟਿਆਲਾ 'ਚ ਖਾਲਿਸਤਾਨੀ ਝੰਡੇ ਲਹਿਰਾਏ ਗਏ ਸਨ। ਮੋਗਾ 'ਚ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਹੀ ਡੀਸੀ ਦਫ਼ਤਰ ਦੇ ਬਾਹਰ ਛੱਤ 'ਤੇ ਕਿਸੇ ਨੇ ਤਿਰੰਗੇ ਝੰਡੇ ਨੂੰ ਕੱਟ ਕੇ ਉਸਦਾ ਅਪਮਾਨ ਕਰਦੇ ਹੋਏ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਸੀ। ਇਸ ਦੇ ਬਾਅਦ ਵੀ ਮੋਗਾ ਤੋਂ ਕੋਟਪੁਰਾ ਨੂੰ ਜਾਣ ਵਾਲੇ ਬਣੇ ਓਵਰਬ੍ਰਿਜ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ। ਹਾਲਾਂਕਿ ਮੋਗਾ ਦੇ ਡੀਸੀ ਦਫ਼ਤਰ ਦੀ ਛੱਤ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਵੀ ਕਰ ਲਿਆ ਗਿਆ ਸੀ। ਦੋਵਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਦੇ ਤੌਰ 'ਤੇ ਹੋਈ ਸੀ। ਇਸ ਤੋਂ ਪਹਿਲਾਂ ਮੋਗਾ ਪੁਲਿਸ ਨੇ ਇਸ ਘਟਨਾ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਆਕਾਸ਼ਦੀਪ ਨੂੰ ਵੀ ਗ੍ਰਿਫਤਾਰ ਕੀਤਾ ਸੀ। ਝੰਡਾ ਚੜਾਇਆ ਸੀ ਕੀ ਲੱਗਦਾ ਤੁਹਾਨੂੰ ਕੌਣ ਸ਼ਰਾਰਤੀ ਅੰਸਰ ਕੌਣ ਲਿਖ ਸਕਦਾ ਹੈ ਇਹ ਤਾਂ ਕੁਛ ਨਹੀਂ ਜੀ ਕਹਿ ਸਕਦੇ ਅਸੀਂ ਜੀ ਤਾਂ ਕੁਛ ਨਹੀਂ ਕਹਿ ਸਕਦੇ ਇਹ ਤਾਂ ਦੇਖਿਆ ਜਾਵੇ ਤਾਂ ਅੱਡਾ ਆਇਆ ਨਾਲ ਅੱਡਾ ਆਇਆ ਉਹਦਾ ਮੇਨ ਜਿੱਦਾਂ ਰੋਡ ਚੱਲਦਾ ਆ ਵੈਸੇ ਇਹਦਾ ਰਾਤ ਦਾ ਯਾਰ ਸ਼ਰਾਰਤੀ ਅੰਸਰੀਆਂ ਦਾ ਕੰਮ ਆ ਗਿਆ ਕੈਮਰੇ ਲੱਗੇ ਹੋਏ ਮੈਂ ਹਾਂਜੀ ਕੈਮਰੇ ਲੱਗੇ ਹੋਏ ਆ ਤੇ ਕਹਿੰਦੇ ਕੈਮਰਾ ਚੈੱਕ ਕਰੋ ਬੱਤੀ ਹੈਣੀ ਸੀ ਤੇ ਬੱਤੀ ਕਹਿੰਦੇ ਚਲੋ ਠੀਕ ਆ ਅਸੀਂ ਫੇਰ ਚੈੱਕ ਕਰ ਲਵਾਂਗੇ ਤੇ ਮੁੜ ਕੇ ਕਹਿੰਦੇ ਕਿਨ ਲਿਖਿਆ ਸਾਨੂੰ ਪਤਾ ਨੀ ਇਹ ਖਾਲਿਸਤਾਨ ਬਾਰੇ ਲਿਖਿਆ ਹੋਇਆ ਖਾਲਿਸਤਾਨ ਬੋਰਡ ਬਣਾਓ ਛਾਣਬੀਣ ਕੀਤੀ ਜਾ ਰਹੀ ਜੋ ਵੀ ਛਾਣਬੀਣ ਕਰਕੇ ਪਤਾ ਲਗਾ ਕੇ ਖਿਲਾਫ਼ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਅਲੱਗ ਅਲੱਗ ਜਗ੍ਹਾ ਜਿਹੜਾ ਹੈਗਾ ਕਿ 5-10 ਥਾਵਾਂ ਤੇ ਅਲੱਗ ਅਲੱਗ ਜਗ੍ਹਾ ਲਿਖਿਆ ਹੋਇਆ ਤੇ ਛਾਣਬੀਣ ਕਰ ਲਿਆ ਹਾਂ ਇਹ ਮਟਾ ਦਿੱਤਾ ਹੈ ਜੋ ਵੀ ਹੈ ਸਰ ਕੀ ਲੱਗਦਾ ਕਿ ਇਹ ਸ਼ਰਾਰਤੀ ਅੰਸਰ ਦਾ ਇਹ ਛਾਣਬੀਣ ਕਰਕੇ ਪਤਾ ਲੱਗ ਗਿਆ ਤੁਹਾਨੂੰ ਦੱਸ ਦਈਏ ਕਿ ਸਿੱਖ ਰੈਫਰੈਂਡਮ 2020 ਨੂੰ ਲੈ ਕੇ ਸਿੱਖ ਫਾਰ ਜਸਟਿਸ ਪਾਬੰਦੀ ਦੇ ਬਾਵਜੂਦ ਵੀ ਪੰਜਾਬ 'ਚ ਸਰਗਰਮ ਹੈ ਅਤੇ ਵੱਖ ਵੱਖ ਥਾਵਾਂ ਤੇ ਖਾਲਿਸਤਾਨੀ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ। ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ, ਪੰਜਾਬ ਟੂਡੇ।